ਅਸਲਾਮੁਅਲੈਕਮ ਲਓ ਜੀ, ਅੱਜ ਫਿਰ ਇੱਕ ਵਾਰੀ ਡੇਅਰੀ ਫਾਰਮ 'ਤੇ ਆਇਆ ਦੁੱਧ ਲੈਣ। ਅਤੇ ਇੱਕ ਦਿਨ ਪਹਿਲਾਂ ਆਇਆ ਤਾਂ ਉਸ ਦਿਨ ਬਾਰਿਸ਼ ਸੀ, ਅਤੇ ਅੱਜ ਜ਼ਰਾ ਮੌਸਮ ਸਹੀ ਹੈ, ਠੀਕ ਹੈ, ਅਤੇ ਵੀਡੀਓ ਬਣਾਉਂਦੇ ਹਾਂ। ਨਾਲੇ ਤੁਹਾਨੂੰ ਵਹਾਨੇ ਹਾਂ ਕਿ ਇੱਥੇ ਡੇਅਰੀ ਫਾਰਮ 'ਚ ਕੀ ਨਿਜ਼ਾਮ ਨੇ, ਕਿਵੇਂ ਜਾਨਵਰ ਰੱਖੇ ਨੇ, ਕੀ ਪਾਉਂਦੇ ਨੇ ਜਾਨਵਰਾਂ ਨੂੰ, ਅਤੇ ਦੁੱਧ ਕਿਵੇਂ ਜਿਹੜਾ ਨਾ ਝੋਂਦੇ ਨੇ, ਅਤੇ ਤੁਹਾਡੇ ਨਾਲ ਵੀ ਸ਼ੇਅਰ ਕਰਨੇ ਆ। ਵੀਡੀਓ ਐਂਡ ਤੱਕ ਦੇਖਦੇ ਰਹੋ। ਆਹ ਫਿਰ ਵਹਾਨੇ ਹਾਂ ਤੁਹਾਨੂੰ। ਲਓ ਜੀ, ਇਹ ਥੱਲੇ ਗਾਈਆਂ ਨੇ, ਇੱਧਰ ਇਹ ਜਿਹਨਾਂ ਦਾ ਦੁੱਧ ਚੋਂਦੇ ਪਏ ਨੇ, ਚੋ ਚੋ ਕੇ ਇੱਥੋਂ ਬਾਹਰ ਨਿਕਲਦੀ ਪਏ ਨੇ ਅੰਦਰੋਂ, ਜਿਹਨਾਂ ਦਾ ਦੁੱਧ ਚੋ ਰਹੇ ਨੇ, ਚੁਆਈ ਹੋ ਰਹੀ ਆ। ਇਸ ਟਾਈਮ ਮਸ਼ੀਨ ਲੱਗੀ ਦੀ ਆ, ਦੁੱਧ ਚੋਂਦੇ ਪਏ ਨੇ। ਇਹ ਟਾਲੀਅਨ ਹੈ ਜਿਹੜਾ ਕੰਮ ਕਰਦਾ ਨਾਲ ਇੱਥੇ, ਚਾਹ। ਅਤੇ ਇਹ ਮੁੰਡਾ ਇੰਡੀਅਨ ਲੱਗਿਆ ਦੁੱਧ ਚੋਣ ਵਾਸਤੇ। ਹਾਂ ਬਈ, ਇਹ ਜਿਹੜਾ ਖੁਰਾਕ ਹੈ ਜਾਨਵਰਾਂ ਦੀ ਇੱਥੇ, ਜਿਹੜੀ ਇਹਨਾਂ ਨੂੰ ਪਾਉਂਦੇ ਨੇ, ਇਹ ਵੇਖੋ ਕਿੱਡੇ ਕਿੱਡੇ ਬੋਰੇ ਜਿਹੜੇ ਇਹਨਾਂ ਨੇ ਭਰ ਕੇ ਰੱਖੇ ਦੇ ਨੇ ਇਹ ਖੁਰਾਕ ਦੇ। ਇਹ ਬੜੇਵੇਂ ਜਿਹਨਾਂ ਨੂੰ ਪਾਕਿਸਤਾਨ ਅਸੀਂ ਬੜੇਵੇਂ ਆਖਦੇ ਹਾਂ, ਇਹ ਉਂਝਦੇ ਨੇ। ਇਹ ਦੇਖੋ, ਇਹ ਖੁਰਾਕ ਹੈ ਦੁੱਧ ਵਾਲੇ ਜਾਨਵਰਾਂ ਦੀ, ਇਹ ਖੁਰਾਕ ਹੈ ਤਾਂ ਖੁੱਲ੍ਹੀ ਪਾਉਂਦੇ ਨੇ। ਵੇਖ ਕਿੱਡੇ ਕਿੱਡੇ ਬੋਰੇ ਇਹਨਾਂ ਨੇ ਖੁੱਲ੍ਹੇ ਆਪਣੇ ਲਿਆ ਕੇ ਰੱਖੇ ਦੇ ਨੇ। ਇਹ ਦੋ ਟੈਪ ਹੈ ਕੋਈ ਖੁਰਾਕ ਹੈ, ਵੀ ਇੱਕ ਖੁਰਾਕ ਹੈ ਆ, ਇੱਕ ਖੁਰਾਕ ਹੈ ਆ। ਇਹ ਵੇਖੋ, ਇਹ ਮਕਈ ਅਤੇ ਹੋਰ ਵਿੱਚ ਕਣਕ ਜਿਹੜੀ ਇਹਨੇ ਕੀਤੀ ਦੀ ਆ, ਐਬੀ ਵਿੱਚ ਕੋਈ ਛਾਵਾਂ ਜਿਹੜੀਆਂ ਮਿਕਸ ਕਰਕੇ ਐਬੀ ਵੱਡਾ ਵੱਡਾ ਬੋਰਾ ਭਰੇ ਦਾ। ਇਹ ਸਾਰਾ ਨਿਜ਼ਾਮ ਇਹੋ ਹੀ ਹੈ ਬਿਲਕੁਲ, ਇਹ ਖੁਰਾਕ ਦਾ। ਹੁਣ ਚੱਲਣੇ ਆਉਂਦਾ ਤੁਹਾਨੂੰ ਦੁੱਧ ਦਾ ਨਿਜ਼ਾਮ ਵਹਾਨੇ ਆ, ਦੁੱਧ ਕਿਵੇਂ ਝੋਂਦਾ ਪਿਆ ਬੰਦਾ। ਇਹ ਜੀ ਲੱਗੀ ਦੀ ਮਸ਼ੀਨ, ਦੁੱਧ ਦੀ ਚੁਆਈ ਕਰ ਰਹੇ ਨੇ। ਇਹ ਸਾਰੀਆਂ ਲੈਣ ਸਿਰ ਗਾਈਆਂ ਲੱਗੀਆਂ। ਹੋਰ ਜੀ, ਇੱਕ ਮੁੰਡਾ ਹੈ, ਇਹ ਦੁੱਧ ਚੋ ਚੋ ਕੇ, ਇਹ ਮੋਟਰ ਲੱਗੀ ਦੀ ਆ, ਮੋਟਰ ਨਾਲ ਦੁੱਧ ਜਿਹੜਾ ਨਾ ਉੱਧਰ ਜਾ ਰਿਹਾ। ਕਿਆ ਲਾਈ ਦੀ ਆ, ਇੱਕ ਅੱਗੇ ਦਰਾਂ ਨੂੰ ਲੱਗੀ ਦੀ ਆ। ਸਾਰਾ ਜਿਹੜਾ ਪੱਖੇ ਲੱਗੇ ਨੇ ਉੱਤੇ, ਗਰਮੀ ਜਦੋਂ ਹੋਏ ਤਾਂ ਪੱਖੇ ਚਲਾਉਂਦੇ ਨੇ। ਇਹ ਟਰੈਕਟਰ ਨਾਲ ਗੁਆਹ ਬਾਹਰ ਕੱਢਦੇ ਨੇ, ਉਹ ਟਰੈਕਟਰ ਲੱਗਾ ਖੁਰਾਕ ਪਾਉਣ ਵਿੱਚ, ਮਸ਼ੀਨ ਦੇ ਵਿੱਚ ਸਭ ਕੁਛ ਪਾਉਂਦੇ ਨੇ ਉਹ, ਜਿਹੜਾ ਨਾ ਆਪੇ ਸਿੱਧੇ ਗਾਵਾਂ ਦੇ ਅੱਗੇ ਜਾ ਰਹੀ ਹੈ, ਉੱਤੇ ਛੱਤ ਬਣਿਆ। ਇਹ ਫਾਰਮ ਹੈ, ਇੱਧਰ ਨੂੰ ਵੀ ਇਹ ਸਭ ਗਾਵਾਂ ਨੇ। ਹੱਥਾਂ ਨੂੰ ਪਹਿਲਾਂ ਇੰਝ ਸਾਫ਼ ਕਰਦੇ ਨੇ ਟਿਸ਼ੂ ਦੇ ਨਾਲ, ਫਿਰ ਮਸ਼ੀਨ ਲਾਉਂਦੇ ਨੇ। ਬਿਲਕੁਲ ਸਾਫ਼ ਕਰਨੇ ਹੱਥਾਂ ਪਹਿਲਾਂ, ਇਹ ਟਿਸ਼ੂ ਮਾਰ ਰਹੇ ਹਨ, ਟਿਸ਼ੂ ਨਾਲ ਸਾਫ਼ ਕਰਕੇ ਅਤੇ ਫਿਰ ਮਸ਼ੀਨ ਲਾਉਣੀ ਹੈ। ਇਹ ਤਰੀਕਾਕਾਰ ਮਸ਼ੀਨ ਲਾਉਂਦਾ। ਇੱਕ ਟਾਈਮ ਕਿੰਨੀਆਂ ਗਾਈਆਂ ਵਾੜਦੇ ਅੰਦਰ? 20 ਗਾਈਆਂ ਇੱਕ ਟਾਈਮ ਵਿੱਚ, 20 ਗਾਈਆਂ ਵਾੜਦੇ। ਇਹ ਮਸ਼ੀਨ ਆ ਜਿਹੜੀ ਪ੍ਰੈਸ਼ਰ ਬਣਾਉਂਦੀ ਹੈ, ਜਿਹਨਾਂ ਛਿੱਕਰ ਮੱਜਦੀ ਦਾਲ ਦੁੱਧ ਦੀ। ਇਹ ਪੈਪ ਲੱਗੇ ਦਾ ਹਵਾ ਵਾਲਾ ਸਾਰਾ। ਇਹ ਚੋਰਿਆ ਨੂੰ ਇਹਨੂੰ ਲਾਤੀ ਆ, ਹੁਣ ਇਹ ਹੁਣ ਬਾਹਰ ਗਈ ਹੈ, ਇਹਨੂੰ ਕੱਢ ਦਿੱਤਾ ਬਾਹਰ। ਹੁਣ ਅੱਗੇ ਦੀ ਵਾਰੀ ਆ ਗਈ ਹੈ। ਜਿਹੜੀਆਂ ਅੰਦਰੋਂ ਆਈਆਂ ਦੁੱਧ ਦੇ ਕੇ, ਇਹਨਾਂ ਨੂੰ ਬਾਹਰ ਕੱਢ ਦਿੱਤਾ। ਹੁਣ ਇਹ ਜਾ ਰਹੀਆਂ ਨੇ ਥੱਲੇ। ਅੱਛਾ, ਜਿਹੜਾ ਖੁਰਾਕ ਦਾ ਸਿਸਟਮ ਹੈ ਨਾ ਇੱਥੇ, ਇਹ ਗੱਠਾਂ ਨੇ ਇਹ ਵਾਲੀਆਂ, ਇਹ ਗੱਠਾਂ ਪਾਉਣੀਆਂ ਨੇ ਇਸ ਮਸ਼ੀਨ 'ਚ,
ਆਹ ਦੇਖੋ ਆਹ ਮਸ਼ੀਨ ਚੱਲਦੀ ਵੀ ਆ, ਆਹ ਗਤਾਵਾ ਜਿਹਾ ਬਣਾ ਰਹੀ ਆ ਵੇਖੋ ਕਿਵੇਂ ਵਿੱਚ ਇਹ ਖੁਰਾਕ ਸੁੱਟਣੀ ਆ, ਮਕਈ ਕਣਕ ਦਲੀਆ ਜੌਂ ਅਤੇ ਵਿੱਚ ਆਹ ਗੱਠ ਸੁੱਟ ਦੇਣੀ ਆ, ਵਿੱਚ ਇਹਦਾ ਪਾਣੀ ਸੁੱਟਣਾ ਅਤੇ ਆਹ ਮਸ਼ੀਨ ਨੇ ਇਹਨੂੰ ਬਿਲਕੁਲ ਐਂ ਬਰੀਕ ਕਰ ਦੇਣਾ, ਹਰ ਸ਼ਾਇਦ ਮਿਕਸ ਕਰਕੇ ਅਤੇ ਜਿਹੜਾ ਨਾ ਬਣਨਾ, ਫਿਰ ਇਹ ਗਾਈਆਂ ਦੇ ਅੱਗੇ ਸੁੱਟਣੀ ਆ, ਨਾਲ ਆ ਟਰੈਕਟਰ ਲੱਗੇ ਦਾ, ਆਹ ਵੇਖਿਆ ਟਰੈਕਟਰ ਛਾਵਟ ਚੱਲਦੀ ਵੀ ਆ, ਟਰੈਕਟਰ ਲੱਗੇ ਦਾ ਗੱਟਾਂ ਸੁੱਟਦੇ ਨੇ ਵਿੱਚ, ਅਤੇ ਨਾਲ ਉਹ ਮੈਂ ਤੁਹਾਨੂੰ ਜਿਹੜਾ ਵੰਡਾ ਵਹਾਇਆ ਸੀ ਉੱਥੇ ਬੇਦਨ, ਉਹ ਇਹਦੇ ਵਿੱਚ ਮਸ਼ੀਨ 'ਤੇ ਸੁੱਟਣਾ, ਨਾਲ ਵਿੱਚ ਪਾਣੀ ਸੁੱਟਣਾ ਅਤੇ ਉਹਨੂੰ ਚਲਾ ਦੇਣਾ ਜਦ ਤੱਕ ਰਹਿ ਬਿਲਕੁਲ ਜਿਹੜਾ ਨਾ ਬਰੀਕ ਬਰੀਕ ਨਾ ਹੋਈਏ, ਬਰੀਕ ਜਦੋਂ ਹੋਣਾ ਫਿਰ ਇਹਨੂੰ ਟਰੈਕਟਰ ਦੇ ਨਾਲ ਹੀ ਗਾਈਆਂ ਦੇ ਅੱਗੇ ਸੁੱਟ ਦੇਣਾ। ਇਹ ਜੀ ਥੱਲੇ ਗਾਵਾਂ ਦਾ ਨਿਜ਼ਾਮ ਹੈ ਸਾਰਾ, ਇਹ ਬੈਠੀ ਦੀਆਂ ਨੇ। ਅੱਛਾ ਦੂਸਰੀ ਗੱਲ ਇੱਥੇ ਇਹ ਹੈ ਕਿ ਇੱਥੇ ਸਾਫ਼ ਨਹੀਂ ਕਰਦੇ, ਇਹਨਾਂ ਨੇ ਗਾਰ ਖੋਭੇ ਦੇ ਵਿੱਚ ਹੀ ਗਾਈਆਂ ਨੇ ਬਹਿਣਾ, ਤੁਸੀਂ ਦੇਖ ਸਕਦੇ ਹੋ ਕਿਵੇਂ ਗਾਰ ਖੋਭਾ ਅਤੇ ਇਹਦੇ ਵਿੱਚ ਹੀ ਗਾਈਆਂ ਨੇ ਬਹਿਣਾ, ਵਿੱਚ ਹੀ ਰਹਿਣਾ ਇਹਦੇ 'ਤੇ, ਇਹਨਾਂ ਨੇ ਬਹਿ ਕੇ ਜਦੋਂ ਪੱਠੇ ਖਾ ਲੈਣੇ ਨੇ ਅਤੇ ਇਸ ਜਗ੍ਹਾ 'ਤੇ ਬੈਠ ਜਾਣਾ ਆ ਗਿਆ। ਦੇਖੋ ਹੁਣ ਇਹ ਥੱਲੇ ਕਿਵੇਂ ਚਿੱਕੜ ਅਤੇ ਖੋਭਾ, ਇਹਦੇ ਵਿੱਚ ਹੀ ਆ ਬੈਠੀ ਦੀਆਂ ਨੇ, ਜਦੋਂ ਇਹਨਾਂ ਨੇ ਪੱਠੇ ਖਾਣੇ ਨੇ ਇਹਨਾਂ ਨੂੰ ਉੱਠ ਕੇ ਜਾ ਕੇ ਉਹ ਉੱਧਰ ਪੱਠੇ ਖਾਣੇ ਨੇ ਜਿਵੇਂ ਉਹ ਖਾਣ ਡੀਦੀਆਂ ਨੇ, ਜਦੋਂ ਇਹਨਾਂ ਆਰਾਮ ਕਰਨਾ ਇਹਦੇ ਉੱਤੇ ਚਿੱਕੜ ਖੋਭੇ 'ਤੇ ਆ ਕੇ ਇਹਨਾਂ ਨੇ ਬਹਿ ਜਾਣਾ। ਇਹਨੂੰ ਕੁਛ ਮਹੀਨਿਆਂ ਤੋਂ ਬਾਅਦ ਜਿਹੜਾ ਨਾ ਇੱਥੋਂ ਕੱਢਦੇ ਨੇ ਤਾਂ ਫਿਰ ਅੱਗੋਂ ਨਵਾਂ ਜਿਹੜਾ ਨਾ ਹੋ ਜਾਂਦਾ ਬਾਹਰ, ਅਤੇ ਇਹਦੇ ਉੱਤੇ ਜਿਹੜਾ ਨਾ ਸਰਦੀ ਹੋਏ ਗਰਮੀ ਹੋਏ ਤਾਂ ਐਸੇ ਗੁਆਹ ਉੱਤੇ ਖੋਭੇ ਦੇ ਵਿੱਚ ਹੀ ਇਹਨਾਂ ਨੇ ਰਹਿਣਾ ਗਾਵਾਂ ਨੇ। ਇਹਨਾਂ ਦਾ ਪਤਾ ਨਹੀਂ ਇੱਥੇ ਕੋਈ ਇਟਲੀ ਦਾ ਨਿਜ਼ਾਮ ਹੈ ਜਿਹਦਾ, ਤਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਉਹ ਖੋਭਾ ਗਾਰ ਹੈ ਉਹਦੇ ਉੱਤੇ ਹੀ ਬੈਠੇ ਦੇ ਨੇ ਪੱਠੇ ਖਾ ਕੇ, ਤਾਂ ਉਹਨਾਂ ਗੁਆਲੀ ਕਰਨ ਦੇ ਬਿਨਾਂ ਦੇਖੋ ਕਿਵੇਂ। ਇਹ ਛੋਟੇ ਬੱਚਿਆਂ ਦਾ ਨਿਜ਼ਾਮ ਹੈ, ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਇਹਨਾਂ 'ਚ ਰੱਖਿਆ ਦਾ, ਵੇਖੋ ਕੈਸੇ ਬਕਸ ਬਣੇ ਦੇ ਨੇ ਛੋਟੇ ਬੱਚਿਆਂ ਵਾਸਤੇ। ਛੋਟੇ ਬੱਚੇ ਜਿਹੜੇ ਨੇ ਇਹਨਾਂ 'ਚ ਰੱਖੇ ਦੇ ਨੇ ਬਕਸਾਂ ਵਿੱਚ, ਇਹ ਬਕਸ ਬਣੇ ਦਾ, ਜਿਹੜੇ ਉਸ ਥੋੜ੍ਹੇ ਵੱਡੇ ਨੇ ਉਹਨਾਂ ਨੂੰ ਇੱਧਰ ਰੱਖੇ ਦਾ। ਬੱਚਿਆਂ ਵਾਸਤੇ ਜਿਹੜਾ ਨਾ ਇੱਕ ਬਕਾਇਦਾ ਉਹਨਾਂ ਨੇ ਵੱਖਰਾ ਬਣਾਇਆ ਦਾ, ਛੋਟੇ ਬੱਚੇ ਇਹਦੇ ਵਿੱਚ ਰੱਖੇ ਦੇ ਨੇ। ਇਹ ਉਹ ਮਸ਼ੀਨ ਆ ਜਿਹੜੀ ਕਿਤਾਬਾਂ ਕਰਦੀ ਪਈ ਆ, ਇਹ ਚੱਲਦੀ ਪਈ ਆ ਵੇਖੋ। ਇਹ ਜੀ ਗੋਸ਼ਤ ਵਾਲੇ ਨੇ ਬੱਚੇ, ਇਹ ਗੋਸ਼ਤ ਵਾਸਤੇ ਵੱਖਰੇ ਰੱਖੇ ਦੇ ਨੇ, ਇਹ ਦੇਖ ਸਕਦੇ ਤੁਸੀਂ ਕਿੱਡਾ ਕਿੱਡਾ ਬੱਚਾ, ਇਹ ਗੋਸ਼ਤ ਵਾਸਤੇ ਨੇ। ਕੁਛ ਤਾਂ ਪਰ ਕਾਰਨ ਹੈ ਇੱਥੇ ਗੋਸ਼ਤ ਨੂੰ ਆਖਦੇ ਨੇ ਕਾਰਨ, ਇਹਨੂੰ ਪੁੱਛਿਆ ਮੈਂ ਗੋਸ਼ਤ ਵਾਲੇ ਨਾਲ ਆਹ ਹੈਂ ਹੁਣ ਪਾਉਂਦੇ ਹਾਂ ਦੁੱਧ ਫਰਿੱਜਾਂ ਚੋਂ। ਇਹ ਜੀ ਫਰਿੱਜ ਆ ਦੁੱਧ ਵਾਲੀ, ਇਹਦੇ 'ਚ ਪਾਵਾਂਗੇ ਦੁੱਧ, ਸਹੀ ਹੈ ਯਾਰ। ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰ ਲਓ, ਚੈਨਲ ਸਬਸਕ੍ਰਾਈਬ ਕਰ ਲਓ। ਅੱਲਾ ਹਾਫਿਜ਼।